ਸਤਿ ਸ਼੍ਰੀ ਅਕਾਲ ਜੀ ਅੱਜ ਨਾ ਥੋੜ੍ਹੀ ਪਰਸਨਲ ਗੱਲਾਂ ਕਰਦੇ ਹਾਂ ਡੇਅਰੀ ਫਾਰਮਿੰਗ ਗਾਵਾਂ ਦੀਆਂ ਪ੍ਰੋਬਲਮਸ ਦੀਆਂ ਗੱਲਾਂ ਤਾਂ ਅਸੀਂ ਰੋਜ਼ ਕਰਦੇ ਹਾਂ ਅੱਜ ਥੋੜ੍ਹੀਆਂ ਨਾ ਆਪਣੇ ਉੱਤੇ ਗੱਲਾਂ ਕਰਦੇ ਹਾਂ ਕਿ ਕਿਵੇਂ ਦਾ ਮਹਿਸੂਸ ਹੁੰਦਾ ਹੈ ਕੀ ਸੋਚਿਆ ਸੀ ਅਤੇ ਹੁਣ ਕਿਸ ਸਟੇਜ ਦੇ ਉੱਤੇ ਖੜ੍ਹੇ ਹਾਂ ਅਸੀਂ ਫਾਰਮ ਖੋਲ੍ਹਣ ਤੋਂ ਬਾਅਦ ਜਦੋਂ ਅਸੀਂ ਫਾਰਮ ਖੋਲ੍ਹਿਆ ਸੀ ਨਾ ਉਦੋਂ ਸਾਡੀ ਥਿੰਕਿੰਗ ਸੀ ਕਿ ਅਸੀਂ ਹੌਲੀ ਹੌਲੀ ਚੰਗੀ ਬਰੀਡ ਰੱਖ ਕੇ ਨਾ ਹਾਈ ਈਲਡਰ ਗਾਵਾਂ ਰੱਖਣੀਆਂ ਸਾਰੀਆਂ 40 ਤੋਂ ਪਲੱਸ ਕਰ ਦੇਣੀਆਂ ਪਰ ਰੱਖਣੀਆਂ ਅਸੀਂ ਥੋੜ੍ਹੀਆਂ ਹੀ ਆ 30 ਗਾਵਾਂ 30 ਕੁ ਗਾਵਾਂ ਅਸੀਂ ਮਿਲਕਿੰਗ 'ਤੇ ਰੱਖਣੀਆਂ ਕੁਛ ਹੀਫਸ ਹੋ ਜਾਣਗੀਆਂ ਕੁਛ ਛੋਟੇ ਬੱਚੇ ਹੋ ਜਾਣਗੇ ਆਪਾਂ 30 'ਤੇ ਕੰਮ ਸਮੇਟ ਦੇਣਾ ਆਪਾਂ ਇਸ ਤੋਂ ਵੱਧ ਕੰਮ ਨਹੀਂ ਅੱਗੇ ਕਰਨਾ ਸਾਨੂੰ ਇੰਨਾ ਸਫੀਸ਼ੀਐਂਟ ਹੈ ਮਤਲਬ ਜਦੋਂ ਕੁ ਸਾਨੂੰ ਇਨਕਮ ਆਉਣੀ ਸਟਾਰਟ ਹੋਈ ਸੀ ਠੀਕ ਹੈ ਉਸ ਤੋਂ ਬਾਅਦ ਜਦੋਂ ਸਾਡੀਆਂ 30 ਗਾਵਾਂ ਮਿਲਕਿੰਗ 'ਤੇ ਹੋ ਗਈਆਂ ਫਿਰ ਲੱਗਿਆ ਕਿ ਨਹੀਂ ਇਸ ਨੂੰ ਅੱਗੇ ਲੈ ਕੇ ਜਾਈਏ ਇਹਨੇ ਨਾ ਲਿਮਿਟ ਕਰਕੇ ਕੰਮ ਨੂੰ ਕੀਤੇ ਦਾ ਮਜ਼ਾ ਨਹੀਂ ਆਉਂਦਾ ਇਸ ਨੂੰ ਵੱਡੇ ਲੈਵਲ ਦੇ ਉੱਤੇ ਕੀਤਾ ਜਾਏ ਅਤੇ ਫਿਰ ਵੇਖਿਆ ਜਾਏ ਕਿ ਇਹ 'ਚ ਕਿੰਨਾ ਪੈਸਾ ਫਿਰ ਅਸੀਂ ਹੁਣ ਟਾਰਗੇਟ ਰੱਖ ਕੇ ਚੱਲੇ ਹਾਂ ਕਿ ਅਸੀਂ 100 ਕੋਸ ਮਿਲਕਿੰਗ ਦੇ ਉੱਤੇ ਕਰਨੀਆਂ ਨੇ ਚਲੋ ਪਰਮਾਤਮਾ ਦੀ ਮਿਹਰ ਸਦਕਾ ਉਸ ਟਾਰਗੇਟ ਵੱਲ ਵੱਧਦੇ ਪਏ ਹਾਂ ਇਸ ਵਾਰੀ ਸਾਡੀਆਂ 20 ਹੀ ਕਾਫ ਆਏ ਸੀ ਜੋ ਸੈਕਟ ਸੀ ਮੰਨਦੇ ਸੀ ਐਰਕੀ ਹੀ ਫਸਟ ਜਿਹੜੀਆਂ ਹੈਗੀਆਂ ਉਹ ਫਿਰ ਅੱਗੇ ਮਿਲਕਿੰਗ 'ਤੇ ਆਉਣੀਆਂ ਸਾਰੀਆਂ ਕੰਸੀਵ ਨੇ ਇੰਪੋਰਟਿਡ ਸੀਮਨ ਅਤੇ ਸੈਕਸਟ ਸੀਮਨ ਦੇ ਨਾਲ ਅਤੇ ਜਦੋਂ ਟਾਰਗੇਟ ਵੱਡੇ ਹੋ ਜਾਂਦੇ ਆ ਨਾ ਫਿਰ ਸੈਕਸ ਸੀਮਨ ਜ਼ਿਆਦਾ ਲਾਈਦਾ ਕਿਉਂਕਿ ਸਾਨੂੰ ਵੱਛੀਆਂ ਚਾਹੀਦੀਆਂ ਹੁੰਦੀਆਂ ਨੇ ਵੱਛੀਆਂ ਹੀ ਜੋ ਅਸੀਂ ਸੋਚਿਆ ਉਸ ਨੂੰ ਅੱਗੇ ਲੈਵਲ 'ਤੇ ਲੈ ਕੇ ਜਾਣਗੀਆਂ ਫਿਰ ਮਹਿਸੂਸ ਹੋਇਆ ਕਿ ਨਹੀਂ ਇਹ ਸਾਰੇ ਨਾਲ ਸੰਦ ਸਮਾਨ ਵੀ ਜ਼ਰੂਰ ਚਾਹੀਦਾ ਡੇਅਰੀ ਫਾਰਮ 'ਤੇ ਇਕੱਲੀਆਂ ਗਾਵਾਂ ਰੱਖ ਕੇ ਜਾਂ ਕਿਰਾਏ ਦੇ ਉੱਤੇ ਲੈ ਕੇ ਕੋਈ ਵੀ ਕੰਮ ਮਸ਼ੀਨਾਂ ਕਿਰਾਏ ਦੀਆਂ ਨਾਲ ਕੰਮ ਨਹੀਂ ਚੱਲਦਾ ਫਿਰ ਸਾਰੀਆਂ ਆਪਣੀਆਂ ਮਸ਼ੀਨਾਂ ਲੈਣੀਆਂ ਸ਼ੁਰੂ ਕੀਤੀਆਂ ਮੱਕੀ ਕੱਟਣ ਵਾਲੀਆਂ ਗਰਾਸ ਮੱਖਣ ਗਰਾਸ ਕੱਟਣ ਵਾਲੀਆਂ ਸਾਇਲੇਜ ਪਾਉਣ ਵਾਸਤੇ ਟੋਕਾ TMR ਟੈਂਕਰ ਇਹ ਸਾਰੀਆਂ ਚੀਜ਼ਾਂ ਨਾ ਆਪਣੀਆਂ ਪਰਸਨਲੀ ਬਾਏ ਕਰਨੀਆਂ ਸ਼ੁਰੂ ਕੀਤੀਆਂ ਕਿ ਜਦੋਂ ਵੀ ਕਿਸੇ ਵੀ ਚੀਜ਼ ਦੀ ਲੋੜ ਹੋਵੇ ਫਿਰ ਉਸਨੂੰ ਅਸੀਂ ਆਪਣਾ ਇਸਤੇਮਾਲ ਕਰ ਸਕੀਏ ਫਿਰ ਸਾਰੀਆਂ ਚੀਜ਼ਾਂ ਫਾਰਮ ਨੂੰ ਪੂਰਾ ਮਾਡਰਨ ਕਰਨਾ ਸ਼ੁਰੂ ਕੀਤਾ ਕਿ ਲੇਬਰ ਦੇ ਉੱਤੇ ਅਸੀਂ ਡਿਪੈਂਡੈਂਟ ਨਾ ਰਹਿ ਜਾਈਏ ਲੇਬਰ ਬਹੁਤ ਵਾਰੀ ਹੁੰਦੀ ਹੈ ਜੋ ਡੇਅਰੀ ਫਾਰਮਾਂ ਦੀ ਮੇਨ ਦਿੱਕਤ ਆਉਂਦੀ ਹੈ ਨਾ ਉਹ ਲੇਬਰ ਪਰੇਸ਼ਾਨ ਕਰਦੀ ਹੈ ਮੱਝਾਂ ਦੇ ਫਾਰਮਾਂ ਵਿੱਚ ਵੀ ਜ਼ਿਆਦਾ ਲੇਬਰ ਦੀ ਪਰੇਸ਼ਾਨੀ ਹੈ ਤਾਂ ਕਰਕੇ ਮੱਝਾਂ ਦੇ ਫਾਰਮ ਤੋਂ ਭੱਜਦੇ ਨੇ ਸਾਰੇ ਕਿ ਨਹੀਂ ਮੱਝਾਂ ਦਾ ਫਾਰਮ ਲੇਬਰ ਇੰਟੈਂਸਿਵ ਜ਼ਿਆਦਾ ਪਰ ਲੇਬਰ ਅੱਜ ਕੱਲ੍ਹ ਤੁਹਾਨੂੰ ਗਾਵਾਂ ਦਾ ਫਾਰਮ ਹੋਏ ਜਾਂ ਮੱਝਾਂ ਦਾ ਫਾਰਮ ਹੋਏ ਪਰੇਸ਼ਾਨ ਕਰਦੀ ਹੀ ਕਰਦੀ ਹੈ ਨਖਰੇ ਬਹੁਤ ਹੋ ਗਏ ਨੇ ਸਾਰੇ ਆਰਾਮ ਪਸੰਦ ਜ਼ਿੰਦਗੀ ਚਾਹੁੰਦੇ ਨੇ ਜਿੱਥੇ ਕੋਈ ਵੀ ਕੰਮ ਉਹਨਾਂ ਨੂੰ ਨਾ ਕਰਨਾ ਪਵੇ ਤਾਂ ਕਰਕੇ ਮਸ਼ੀਨੀਕਰਨ ਕਰਨਾ ਸ਼ੁਰੂ ਕੀਤਾ ਇਸ ਸਟੇਜ ਦੇ ਉੱਤੇ ਆਲਮੋਸਟ ਸਾਰੀਆਂ ਮਸ਼ੀਨਾਂ ਹੁਣ ਲੱਗ ਚੁੱਕੀਆਂ ਨੇ ਮਸ਼ੀਨੀਕਰਨ ਅਤੇ ਲਗਭਗ ਹਰ ਚੀਜ਼ ਅਸੀਂ ਬਣਾ ਰਹੀ ਹੈ ਇੱਕ ਚੀਜ਼ ਰਹਿ ਗਈ ਸੀ ਆਫਿਸ ਜੋ ਕਿ ਬਹੁਤ ਵਧੀਆ ਤਿਆਰ ਕਰਨਾ ਸ਼ੁਰੂ ਕਰਨਾ ਸੀ ਡੇਅਰੀ ਫਾਰਮ ਟ੍ਰੇਨਿੰਗ ਵੀ ਹੁਣ ਅਸੀਂ ਆਪਣੇ ਨਵੇਂ ਆਫਿਸ ਦੇ ਵਿੱਚ ਸ਼ੁਰੂ ਕਰਾਂਗੇ ਤੁਹਾਨੂੰ ਮੈਂ ਅੱਗੇ ਵੀਡੀਓ ਦੇ ਵਿੱਚ ਦਿਖਾਵਾਂਗੀ ਕਿੱਥੋਂ ਤੱਕ ਕੰਮ ਪਹੁੰਚ ਗਿਆ ਲਗਭਗ ਸਾਰਾ ਕੰਮ ਆਫਿਸ ਦਾ ਕੰਪਲੀਟ ਹੋ ਚੁੱਕਾ ਸਿਰਫ ਕੈਬਨਿਟਸ ਲੱਗਣ ਵਾਲੇ ਰਹਿ ਗਏ ਨੇ ਅਤੇ ਫਰਨੀਚਰ ਅਸੀਂ ਲਿਆ ਕੇ ਰੱਖਣਾ ਕਾਊਂਟਰਸ ਵਗੈਰਾ ਟੇਬਲ ਵਗੈਰਾ ਸਾਰੇ ਤਿਆਰ ਹੋ ਗਏ ਨੇ ਚੇਅਰਸ ਅਤੇ ਸੋਫਾ ਕੰਮ ਬੈੱਡ ਅਸੀਂ ਲਿਆ ਕੇ ਰੱਖਣਾ ਬਾਕੀ ਚੀਜ਼ਾਂ ਆਲਮੋਸਟ ਤਿਆਰ ਨੇ ਅਤੇ ਮੈਂ ਤੁਹਾਨੂੰ ਸਿਰਫ ਇਹ ਦੱਸਣਾ ਚਾਹੁੰਦੀ ਹਾਂ ਕਿ ਜਿਵੇਂ ਜਿਵੇਂ ਤੁਹਾਨੂੰ ਪ੍ਰੋਫਿਟ ਆਉਂਦਾ ਜਾਂਦਾ ਨਾ ਤੁਹਾਨੂੰ ਇਹ ਕੌਨਫੀਡੈਂਸ ਆਉਂਦਾ ਜਾਂਦਾ ਕਿ ਅਸੀਂ ਇਸ ਨੂੰ ਅਗਲੇ ਸਟੈਪ ਦੇ ਉੱਤੇ ਲੈ ਕੇ ਜਾਈਏ ਸ਼ਾਇਦ ਸਾਨੂੰ ਹੋਰ ਜ਼ਿਆਦਾ ਵਧੀਆ ਫੀਲਿੰਗ ਆਏ ਤੁਸੀਂ ਜਦੋਂ ਹੌਲੀ ਹੌਲੀ ਇਹਨੂੰ ਅੱਗੇ ਵਧਾਉਣਾ ਸ਼ੁਰੂ ਕਰੋਗੇ ਨਾ ਉੱਦਾਂ ਉੱਦਾਂ ਤੁਹਾਨੂੰ ਜ਼ਿੰਦਗੀ ਦੇ ਵਿੱਚ ਇਸ ਕੰਮ ਨੂੰ ਕਰਨਾ ਵਧੀਆ ਲੱਗਦਾ ਛੋਟੇ ਜਦੋਂ ਛੋਟਾ ਚੀਜ਼ ਹੁੰਦੀ ਹੈ ਨਾ ਛੋਟਾ ਬਿਜ਼ਨਸ ਕੋਈ ਵੀ ਹੈ ਨਾ ਉਹਦੇ ਵਿੱਚ ਸਾਰਿਆਂ ਨੂੰ ਪਰੇਸ਼ਾਨੀਆਂ ਆਉਂਦੀਆਂ ਤੁਸੀਂ ਨਹੀਂ ਅਸੀਂ ਵੀ ਇਸ ਸਟੇਜ ਤੋਂ ਗੁਜ਼ਰ ਚੁੱਕੇ ਹਾਂ ਤਾਂ ਕਰਕੇ ਤੁਹਾਨੂੰ ਮੈਂ ਕਹਿੰਦੀ ਹਾਂ ਕਿ ਇਹ ਮੁਸ਼ਕਿਲ ਦਾ ਟਾਈਮ ਆ ਮੁਸ਼ਕਿਲ ਰਾਵਾਂ ਤੋਂ ਲੰਘ ਕੇ ਹੀ ਅੱਗੇ ਸੌਖੀਆਂ ਰਾਵਾਂ ਮਿਲਦੀਆਂ ਨੇ ਮੁਸ਼ਕਿਲ ਪਾਰ ਕਰ ਦਿਓਗੇ ਤਾਂ ਅੱਗੇ ਚੀਜ਼ਾਂ ਸਿਖਾਲੀਆਂ ਹੋ ਜਾਣਗੀਆਂ ਅਤੇ ਹੁਣ ਆਫਿਸ ਵੀ ਤਿਆਰ ਹੋ ਚੁੱਕਾ ਸਾਰਾ ਕੁਛ ਅਤੇ ਫਿਰ ਪਤਾ ਗੱਲ ਕੀ ਹੈ ਜਦੋਂ ਤੁਹਾਡਾ ਕੰਮ ਵਧੀਆ ਚੱਲਦਾ ਹੋਏ ਤੁਹਾਨੂੰ ਜ਼ਿੰਦਗੀ ਦੇ ਵਿੱਚ ਸਕੂਨ ਹੋਵੇ ਅਤੇ ਪੈਸਾ ਖਰਚਣ ਨੂੰ ਜੀ ਕਰਦਾ
कि फिर आप नवीं नवी चीज़ा बनाइए, जो भी टेक्नोलॉजी डेयरी फार्म दे विच आ रही है उसनू अपने फार्म दे उते इंस्टॉल करके वेखिए कि किवें दे रिजल्ट्स आते हैं। बहुत वड्डे वड्डे ते बहुत सोहने सोहने डेयरी फार्म्स पंजाब दे विच अवेलेबल ने। तुसी कभी वेख्या होएगा, कभी विजिट भी की होगी, कई डेयरी फार्म्स ते बहुत वधिया बने हुए ने। हुण ना इहदे विच फुल लाने ने, असी फुल सारे ला के ऐ ग्रीन करके ना वधिया सारा कलरफुल फ्लावर्स लावांगे, तां कि डेयरी फार्म जदों बाहरों देखे ना कि इहनूं लगदा ही नहीं हुंदा कि डेयरी फार्म है। शांत माहौल, साफ सुथरा, तो वेखन वाले नूं भी वधिया लगता है। तो जिदा असी हर टाइम अपने फार्म दे विच रहना रहिंदा, उन्हां दा मन भी खिड़िया रखता। तो हुण मौसम थोड़ा ग्रोथ वाला ही है, जिहड़ा सौन दा महीना वा, इहदे विच बूटे वगैरह लाए जा सकते हैं, तुसी भी जरूर लाओ, ग्रीनरी वधिया हुंदी है। तो असी भी हुण जदों नर्सरी विजिट करांगे फुल बूटे जरूर लावांगे, तुहानूं मैं दिखावांगी कि फ्लावर्स लाए ने, फिर उहनां दी ग्रोथ भी असी देखांगे कि किवें दे फुल निकलेंगे। मैं तुहानूं नाल हर चीज़ शेयर करांगी, बस तुहानूं एक ही काम करना पैना, चैनल नूं सबसक्राइब जरूर कर लियो, तां कि तुसी मेरी वीडियोज़ दे नाल लगातार जुड़े रहो। लाइक जरूर कर दिओ वीडियो नूं। आपां कल नूं मिलांगे एक वधिया जानकारी दे नाल। तद तक लई तुसी अपना ख्याल रखो, अपनी गावां दा ख्याल रखो, ते वधिया सुपने लो, ते सुपने नूं पूरे करन वास्ते काम जरूर करो। बाय।